ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਫਗਵਾੜਾ ਦੀ 6 ਮਹੀਨੇ ਦੀ ਬੱਚੀ ਦੀ PGHI ਕਰੋਨਾ ਰਿਪੋਰਟ ਪੋਜ਼ਿਟਿਵ। ਲਗਭਗ 2 ਮਹੀਨੇ ਤੋਂ ਰਹੀ ਵੱਖ-ਵੱਖ ਹਸਪਤਾਲਾਂ 'ਚ ਦਾਖਲ। ਚੰਡੀਗੜ੍ਹ ਦੇ PGI ਵਿਖੇ ਫਗਵਾੜਾ ਦੀ ਬੱਚੀ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਫਗਵਾੜਾ ਵਿਖੇ ਸਿਹਤ ਵਿਭਾਗ ਵੱਲੋਂ ਬੱਚੀ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਗਏ। ਟੀਮ ਵੱਲੋਂ ਬੱਚੀ ਦੇ ਪਰਿਵਾਰ ਦੇ 3 ਮੈਂਬਰਾਂ ਦੇ ਸੈਂਪਲ ਲਏ ਗਏ ਨੇ, ਜਿਨ੍ਹਾਂ ਨੂੰ ਟੈਸਟ ਲਈ ਭੇਜ ਦਿੱਤਾ ਗਿਆ ਹੈ। ਉੱਥੇ ਹੀ ਮੌਕੇ 'ਤੇ ਪਹੁੰਚੇ ਥਾਣਾ ਸਿਟੀ ਦੇ SHO ਓਂਕਾਰ ਸਿੰਘ ਬਰਾੜ ਨੇ, ਜਿੱਥੇ ਪਰਿਵਾਰਕ ਮੈਂਬਰਾਂ ਅਤੇ ਆਸ ਪਾਸ ਦੇ ਰਹਿਣ ਵਾਲਿਆਂ ਨੂੰ ਪੂਰੀਆਂ ਸਾਵਧਾਨੀਆਂ ਵਰਤਣ ਦੀ ਗੱਲ ਆਖੀ ਹੈ। ਉੱਥੇ ਹੀ ਉਹਨਾਂ ਵੱਲੋਂ ਆਪਣਾ ਨੰਬਰ ਵੀ ਪਰਿਵਾਰਕ ਮੈਂਬਰਾਂ ਨੂੰ ਦਿੰਦੇ ਹੋਏ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪੈਂਦੀ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ। ਇੱਥੇ ਦੱਸ ਦਈਏ ਕਿ ਬੱਚੀ ਪਿਛਲੇ 1 ਮਹੀਨੇ ਤੋਂ ਦਿਲ ਦੀ ਬਿਮਾਰੀ ਦੇ ਚੱਲਦਿਆਂ ਪਹਿਲਾਂ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਖੇ ਦਾਖਲ ਸੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਅਪੋਲੋ ਹਸਪਤਾਲ ਤੋਂ PGI ਵਿਖੇ ਲਿਜਾਇਆ ਗਿਆ ਸੀ, ਜਿੱਥੇ ਕਿ ਬੀਤੇ ਦਿਨ ਉਸ ਦਾ ਕਰੋਨਾ ਟੈਸਟ ਹੋਇਆ ਸੀ, ਜਿਸ ਤੋਂ ਬਾਅਦ ਅੱਜ ਉਸ ਦੀ ਰਿਪੋਰਟ ਪੋਜ਼ਿਟਿਵ ਪਾਈ ਗਈ ਹੈ। ਮੈਂ ਇੰਡਸਟਰੀ ਦੇ ਆਇਆ, ਸਾਨੂੰ ਹੁਣੇ ਹੁਣੇ ਪਤਾ ਲੱਗਿਆ ਸੀਗਾ ਵੀ ਇੱਕ ਰਿਤਕਾ ਨਾਂ ਦੀ 6 ਮਹੀਨੇ ਦੀ ਲੜਕੀ ਹੈ ਜਿਹੜੀ ਇਸ ਟਾਈਮ ਅੰਡਰ ਟ੍ਰੀਟਮੈਂਟ ਹੈ PGI ਹੋਸਪਿਟਲ। ਉਹਦੇ ਪਹਿਲਾਂ 6 ਕਹਿ ਦਾ ਟ੍ਰੀਟਮੈਂਟ ਸੀਗਾ ਅਤੇ ਮੇਨ ਟਾਈਮ ਇਹਦਾ ਕਰੋਨਾ ਪੋਜ਼ਿਟਿਵ ਵੀ ਆਉਣ ਬਾਰੇ ਪਤਾ ਲੱਗਿਆ ਸੀਗਾ। ਅਤੇ ਮੇਰੇ ਤੋਂ ਪਹਿਲਾਂ ਹੈਲਥ ਡਿਪਾਰਟਮੈਂਟ ਦੀ ਫੈਮਿਲੀ ਦੇ ਸੈਂਪਲਿੰਗ ਕਰ ਗਏ ਆ। ਅਤੇ ਮੈਂ ਬਤੌਰ SHO ਇੱਥੇ ਆਇਆ ਸੀਗਾ ਅਤੇ ਇੱਥੋਂ ਦੀ ਫੈਮਿਲੀ ਆ ਜਿਹੜੇ ਜਾਂ ਉਹਦੀ ਫੈਮਿਲੀ ਜਾਂ ਉਹਦੇ ਨੀਅਰ ਬਾਏ ਦੂਸਰੇ ਹੈਗੇ, ਮੈਂ ਉਹਨਾਂ ਨੂੰ ਬਰੀਫ ਕੀਤਾ ਵੀ ਇਹਦੇ ਪ੍ਰਿਕੋਸ਼ਨ ਵਜੋਂ ਅਸੀਂ ਕਿਹੜੇ ਕਿਹੜੇ ਕਰ ਸਕਦੇ ਹਾਂ। ਔਰ ਅਸੀਂ ਮੈਂ ਆਪਣੇ ਨੰਬਰ ਵੀ ਸ਼ੇਅਰ ਕੀਤੇ ਉਹਨਾਂ ਨਾਲ, ਨੈਬ ਸਿੱਲਾ ਸਾਹਿਬ ਵੀ ਆਏ ਸੀ ਵੀ ਜੇ ਇਹਨਾਂ ਨੂੰ ਕੋਈ ਫੈਮਿਲੀ ਨੂੰ ਪ੍ਰੋਬਲਮ ਹੋਊਗੀ, ਕਿਸੇ ਦੇ ਕੋਈ ਖਾਣ ਪੀਣ ਦੀ ਜਾਂ ਰਹਿਣ ਦੀ ਜਾਂ ਕਿਸੇ ਤਰ੍ਹਾਂ ਦੀ ਉਹਨੂੰ ਸੁੱਖ ਸਹੂਲਤ ਦੀ ਜ਼ਰੂਰਤ ਆ, ਅਸੀਂ ਇਮੀਡੀਏਟਲੀ ਉਹਨੂੰ ਪ੍ਰੋਵਾਈਡ ਕਰਾਂਗੇ। ਅਤੇ ਇਹਦੇ ਬਚਾਓ ਲਈ ਅਸੀਂ ਹਰ ਤਰ੍ਹਾਂ ਦੇ ਉਹਨਾਂ ਨੂੰ ਪ੍ਰੋਪਰ ਬਰੀਫ ਕਰ ਦਿੱਤਾ। ਅਤੇ ਅਸੀਂ ਪਬਲਿਕ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਜਿੱਥੇ ਕੋਈ ਇਹੋ ਜਿਹੀ ਪ੍ਰੋਬਲਮ ਆਉਂਦੀ ਆ ਕਿਸੇ ਨੂੰ ਖਾਣ ਪੀਣ ਦੀ ਸੁੱਖ ਸਹੂਲਤ ਦੀ, ਇਮੀਡੀਏਟ ਸਾਡੇ ਨਾਲ ਗੱਲ ਕਰਨਾ ਆਪਾਂ ਉਹਦੀ 24 ਆਵਰ ਰੈਡੀ। ਕੁਛ ਬੰਦਿਆਂ ਕੋਲ ਕਾਫੀ ਸਾਰੇ ਪਾਸ ਹੈਗੇ ਆ, ਪਾਸ ਵਾਲੇ ਵੀ ਚੱਲ ਰਹੇ ਆ। ਅਤੇ ਕੁਛ ਜਿਹੜਾ ਸਵੇਰ ਦਾ ਟਾਈਮ ਆ ਕੋਈ ਮੈਡੀਸਨ ਦਾ ਜਾਂ ਮਿਲਕ ਪ੍ਰੋਡਕਟ ਜਾਂ ਰਾਸ਼ਨ ਵਗੈਰਾ ਉਹਦੇ ਲਈ ਆ ਰਹੇ ਆ। ਅਤੇ ਜਿਹੜੇ ਫਾਲਤੂ ਘੁੰਮ ਰਹੇ ਆ ਜਾਂ ਕਿਨੇ ਮਾਸਕ ਵਗੈਰਾ ਨਹੀਂ ਪਾਏ, ਉਹ ਪਹਿਲਾਂ ਵੀ ਅਸੀਂ ਪਰਚੇ ਦਰਜ ਕੀਤੇ ਔਰ ਪਬਲਿਕ ਨੂੰ ਬੇਨਤੀ ਕਰਦੇ ਹਾਂ ਕਿ ਉਹ ਨਾ ਘੁੰਮਣ, ਨਹੀਂ ਤਾਂ ਉਹਨਾਂ ਦੇ ਖਿਲਾਫ਼ ਲੀਗਲ ਐਕਸ਼ਨ ਪਹਿਲਾਂ ਵੀ ਕੀਤਾ ਅਤੇ ਹੁਣ ਵੀ ਸਖਤੀ ਨਾਲ ਕਰਾਂਗੇ। ਥੈਂਕ ਯੂ। ਨਵੀਆਂ ਅਤੇ ਤਾਜ਼ਾ ਤਰੀਨ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।